ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦੌਰਾਨ ਭਾਰਤ ਅਤੇ ਅਮਰੀਕਾ ਦੇ ਵਿੱਚ ਕਿਸਾਨੀ ਉਤਪਾਦਾਂ ਨੂੰ ਲੈ ਕੇ ਹੋਣ ਜਾ ਰਹੇ ਇੱਕ ਸਮਝੌਤੇ ਨੂੰ ਲੈ ਕੇ ਕਿਸਾਨਾਂ ਦੇ ਅੰਦਰ ਕਾਫੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚੱਲਦੇ ਰਾਸ਼ਟਰੀ ਕਿਸਾਨ ਸੰਘ ਦੇ ਸੱਦੇ ਤੇ ਜ਼ਿਲ੍ਹਾ ਪੱਧਰ ਤੇ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੁਆਰਾ ਇੱਕ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਗਿਆ ਅਤੇ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਇਹ ਸਮਝੌਤਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਮੰਗ ਪੱਤਰ ਦੇਣ ਤੋਂ ਪਹਿਲਾਂ ਉਹਨਾਂ ਸ਼ਹਿਰ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ। ਜਗਤ ਸਿੰਘ ਵੈਬ ਟੀਵੀ ਲਈ ਫਰੀਦਕੋਟ ਤੋਂ ਜਸਵਿੰਦਰ ਜੱਸੀ ਦੀ ਰਿਪੋਰਟ। ਜਿਹੜਾ ਅਸੀਂ ਅੱਜ ਮੰਗ ਪੱਤਰ ਦੇਣ ਜਾ ਰਹੇ ਡੀਸੀ ਸਾਹਿਬ ਨੂੰ, ਇਹ ਜੋ ਅਮਰੀਕਾ ਦਾ ਸਮਝੌਤਾ ਹਿੰਦੁਸਤਾਨ ਨਾਲ ਹੋ ਰਿਹਾ 24-25 ਨੂੰ ਟਰੰਪ ਸਾਹਿਬ ਇੱਥੇ ਆ ਰਹੇ ਅਮਰੀਕਾ ਦੇ ਰਾਸ਼ਟਰਪਤੀ, ਅਸੀਂ ਉਸ ਸਮਝੌਤੇ ਦਾ ਵਿਰੋਧ ਕਰਦੇ ਹਾਂ ਕਿਉਂਕਿ ਉਸ ਸਮਝੌਤੇ ਦੇ ਵਿੱਚ ਜੋ ਐਗਰੀਕਲਚਰ ਹੈ ਉਹਦੇ 'ਤੇ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ। ਕਿਸਾਨ ਪਹਿਲਾਂ ਹੀ ਆਤਮ ਹੱਤਿਆ ਦੇ ਰਾਹ ਪਿਆ ਜੇਕਰ ਉਹ ਬਗੈਰ ਟੈਕਸ ਤੋਂ ਸਮਝੌਤਾ ਹੋ ਕੇ ਉਹਨਾਂ ਦੀ ਜੋ ਕੁਛ ਵੀ ਜਿਹੜੇ ਪ੍ਰੋਡਕਟ ਇੱਥੇ ਆਉਂਦੇ ਆ ਉਹ ਕਿਸਾਨ ਦੇ ਵਿਰੋਧੀ ਹੈ। ਜੇਕਰ ਉਹ ਆਉਂਦੇ ਆ ਤਾਂ ਕਿਸਾਨ ਦਾ ਬਹੁਤ ਹੀ ਮੰਦਾ ਹਾਲ ਹੋ ਜੂਗਾ, ਇੱਥੋਂ ਦਾ ਮੰਡੀਕਰਨ ਆ ਜਿਹੜਾ ਉਹ ਬਹੁਤ ਜ਼ਿਆਦਾ ਗਿਰ ਜੂਗਾ ਅਤੇ ਕਿਸਾਨ ਆਤਮ ਹੱਤਿਆ ਦੇ ਰਾਹ ਪਿਆ, ਆਤਮ ਹੱਤਿਆਵਾਂ ਹੋਰ ਹੋਣਗੀਆਂ। ਇਸ ਕਰਕੇ ਕਿਸਾਨਾਂ ਨੂੰ ਬਚਾਉਣ ਵਾਸਤੇ ਅੱਜ ਦਾ ਸਾਡਾ ਜਿਹੜੇ ਅਸੀਂ ਮੰਗ ਪੱਤਰ ਆ ਉਹ ਪੰਜਾਬ ਲੈਵਲ 'ਤੇ ਹਿੰਦੁਸਤਾਨ ਲੈਵਲ 'ਤੇ ਦੇ ਰਹੇ ਹਾਂ। ਜੇਕਰ ਸਾਡੇ ਇਹਨਾਂ ਮੰਗ ਪੱਤਰਾਂ ਤੋਂ ਬਾਅਦ ਵੀ ਕੋਈ ਮਤਲਬ ਨਹੀਂ ਹੁੰਦਾ ਗਾ, ਸੁਣਵਾਈ ਸਾਡੀ ਨਹੀਂ ਹੁੰਦੀ, ਇੱਥੋਂ ਦੀ ਹਿੰਦੁਸਤਾਨ ਦੀ ਸਰਕਾਰ ਉਸ ਸਮਝੌਤੇ ਤੋਂ ਨਹੀਂ ਟਲਦੀ, ਅਤੇ ਅਸੀਂ ਅਗਲਾ ਸੰਘਰਸ਼ ਇਸ ਤੋਂ ਵੱਡਾ ਵਿੱਢਾਂਗੇ ਜੋ ਵੀ ਸਾਨੂੰ। ਇਹ ਕਾਫੀ ਦੇਰ ਤੋਂ ਜਿਹੜਾ ਇਹ ਮਤਲਬ ਇਸ ਸਮਝੌਤੇ ਦਾ ਵਿਰੋਧ ਕੀਤਾ ਜਾ ਰਿਹਾ, ਜਿਹੜਾ ਸਮਝੌਤਾ ਹੋਣ ਜਾ ਰਿਹਾ, ਕੀ ਉਸ ਨੂੰ ਲੈ ਕੇ ਕੋਈ ਤੁਹਾਡੀ ਪ੍ਰਤੀਨਿਧੀ ਨਾਲ ਜਾਂ ਕਿਸੇ ਮਤਲਬ ਜਥੇਬੰਦੀਆਂ ਨੇ ਕੋਈ ਸਰਕਾਰ ਵੱਲੋਂ ਕੋਈ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ? ਨਹੀਂ, ਬਿਲਕੁਲ ਨਹੀਂ ਦਿੱਤਾ ਗਿਆ ਜੀ, ਅਜੇ ਤੱਕ ਕਿਸੇ ਜਥੇਬੰਦੀ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ। ਜੇਕਰ ਸੱਦਾ ਦਿੱਤਾ ਵੀ ਗਿਆ ਹੋਊਗਾ ਤਾਂ ਇਹਨਾਂ ਦੇ ਆਪਦੇ ਚਿਹਤੇ ਹੁੰਦੇ, ਜਿਹੜੇ ਇਹਨਾਂ ਦੀ ਬੋਲੀ ਬੋਲਣੀ ਹੁੰਦੀ ਹੈ ਉਹਨਾਂ ਨੂੰ ਸੱਦੇ ਦਿੱਤੇ ਜਾਂਦੇ ਆ। ਅਸੀਂ ਚਾਹੁੰਦੇ ਕਿ ਜੇ ਸਮਝੌਤਾ ਹੋਣ ਤੋਂ ਪਹਿਲਾਂ ਸਾਡੀਆਂ ਜਥੇਬੰਦੀਆਂ ਦੇ ਜਿਹੜੇ ਆਗੂ ਹੈ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ, ਸਰਕਾਰ ਉਹਨਾਂ ਤੋਂ ਪੁੱਛੇ ਵੀ ਇਹ ਸਮਝੌਤਾ ਸਾਡੇ ਵਾਸਤੇ ਠੀਕ ਹੈ ਜਾਂ ਨਹੀਂ, ਕਿਉਂਕਿ ਜਾਂ ਕਿਸਾਨੀ ਦੇ ਵਿੱਚ ਆ ਕੇ ਗਰਾਊਂਡ ਲੈਵਲ 'ਤੇ ਪੁੱਛੇ ਵੀ ਕਿਸਾਨ ਇਸ ਸਮਝੌਤੇ ਨੂੰ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ। ਜੇਕਰ ਆਪਦੀ ਆਪ ਹੀ ਸਮਝੌਤੇ ਥੋਪੇ ਜਾਣਗੇ ਤਾਂ ਕੋਪਰੇਟ ਘਰਾਣਿਆਂ ਨੂੰ ਪੰਜਾਬ ਵੇਚਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਉਹ ਸਪਸ਼ਟ ਹੈ। ਜਿਸ ਤਰ੍ਹਾਂ ਦਾ ਵੀ ਸਾਨੂੰ ਪੰਜਾਬ ਕਮੇਟੀ ਦਾ ਮਹਾਂਸੰਘ ਦਾ ਜੋ ਭਾਰਤ ਦਾ ਮਹਾਂਸੰਘ ਬਣਿਆ, ਜੋ ਸਾਨੂੰ ਸੁਨੇਹਾ ਆਊਗਾ, ਮੈਸੇਜ ਆਊਗਾ, ਅਸੀਂ ਉਸੇ ਤਰੀਕੇ ਨਾਲ ਹੀ ਅਗਲਾ ਸੰਘਰਸ਼ ਕੱਢਾਂਗੇ। ਮੇਰਾ ਨਾਮ ਇੰਦਰਜੀਤ ਸਿੰਘ ਘਣੀਆ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫਰੀਦਕੋਟ ਦਾ ਜਨਰਲ ਸੈਕਟਰੀ ਮੈਂ। ਜਦ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਸਮਝੌਤਾ ਜੋ ਹੋਣ ਜਾ ਰਿਹਾ ਭਾਰਤ ਪਾਕ ਇਹਦੇ ਅਮਰੀਕਾ ਦੇ ਦਰਮਿਆਨ, ਉਸ ਦਾ ਅਸੀਂ ਵਿਰੋਧ ਕਰਨ ਲੱਗੇ ਹਾਂ। ਵੇਖੋ, ਅੱਗੇ ਵੀ ਬਹੁਤ ਸਾਰੇ ਸਮਝੌਤੇ ਹੋਏ, ਬੇਸ਼ੱਕ ਉਹ ਗਾਈਡ ਸਮਝੌਤਾ ਸੀ, WTO ਜਾਂ ਪਿੱਛੇ ਜੇ RCEP ਹੋਣ ਜਾ ਰਿਹਾ, ਹੋਰ ਵੀ ਸਮਝੌਤੇ ਹੋਏ। ਇਹਨਾਂ ਸਮਝੌਤਿਆਂ ਦੇ ਤਹਿਤ ਕੀ ਹੈ, ਜਿਹੜਾ ਭਾਰਤ ਦਾ ਕਿਸਾਨ ਹੈ ਉਹ ਬਰਬਾਦ ਹੋ ਰਿਹਾ। ਅੱਜ ਭਾਰਤ ਦੇ ਕਿਸਾਨ ਦੀ ਐਡੀ ਮਾੜੀ ਦੁਰਦਸ਼ਾ, ਹਰ ਰੋਜ਼ ਖੁਦਕੁਸ਼ੀਆਂ ਹੋ ਰਹੀਆਂ ਵੱਡੇ ਪੱਧਰ 'ਤੇ, ਤਾਂ ਅਜਿਹਾ ਇਹ ਇੱਕ ਨੀਤੀ ਦੇ ਤਹਿਤ ਵਿਦੇਸ਼ੀ ਜਿਹੜੇ ਉਤਪਾਦ ਲਿਆ ਕੇ ਮੰਡੀ ਦੇ ਵਿੱਚ ਉਤਾਰਦੇ ਨੇ ਅਤੇ ਜਿਹੜੇ ਪੰਜਾਬ ਦੇ ਕਿਸਾਨ ਦੀ ਉਪਜ ਹੈ ਉਹਨੂੰ ਸਿੱਧਾ ਮੰਡੀ ਦੇ ਵਿੱਚ ਉਜਾੜਾ ਹੈ ਹੋਰ ਬਹੁਤ ਵੱਡਾ। ਅੱਗੇ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ, ਜੇਕਰ ਇਹੋ ਜਿਹੇ ਸਮਝੌਤਿਆਂ ਨੇ ਪਹਿਲਾਂ ਹੀ ਕਿਸਾਨ ਨੂੰ ਦੇਸ਼ ਨੂੰ ਉਜਾੜਿਆ, ਜੇ ਹੋਰ ਸਮਝੌਤੇ ਇਹੋ ਜਿਹੇ ਆਉਂਦੇ ਹੈ ਤਾਂ ਜਿਹੜਾ ਹੈਗਾ ਦੇਸ਼ ਦਾ ਕਿਸਾਨ ਇਦੋਂ ਵੀ ਵੱਡੇ ਪੱਧਰ 'ਤੇ ਖੁਦਕੁਸ਼ੀ ਕਰੂਗਾ ਔਰ ਜਿਹੜਾ ਹੈਗੀ ਦੇਸ਼ ਦੀ ਜਿਹੜੀ ਅੰਨਦਾਤੇ ਦੀ ਹਾਲਤ ਹੈ ਉਹ ਇਦੋਂ ਵੀ ਮਾੜੀ ਹੋਈ। ਅੱਜ ਅਸੀਂ ਪੂਰੇ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਸੱਦੇ 'ਤੇ ਪੂਰੇ ਭਾਰਤ ਦੇਸ਼ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਡਿਪਟੀ ਕਮਿਸ਼ਨਰਾਂ ਸਾਹਿਬ ਨੂੰ ਮੰਗ ਪੱਤਰ ਦਿੱਤੇ ਆ। ਅੱਜ ਅਸੀਂ ਫਰੀਦਕੋਟ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ।